ਵੱਡੀਆਂ ਉੱਚੀਆਂ ਚੋਰੀਆਂ ਕਰਦੇ ਸੀ, ਹੁਣ ਪੰਜਾਬ ਪੁਲਿਸ ਨੇ ਬਿਠਾ ਲਏ ਕੋਡਿਆਂ ਦੇ ਭਾਰ। ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਚੋਰਾਂ ਨੇ ਮੋਬਾਈਲ ਟਾਵਰਾਂ ਤੇ ਚੜ ਚੜ ਚੋਰੀਆਂ ਕੀਤੀਆਂ। ਗਿਣਤੀ ਮਿਣਤੀ ਦੀ ਗੱਲ ਕਰੀਏ ਤਾਂ ਇਹ ਚੋਰੀ ਕੀਤੇ ਪੁਰਜਿਆਂ ਦੀ ਕੀਮਤ 1 ਕਰੋੜ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਭਾਵੇਂ ਚੋਰ ਉੱਚੀਆਂ ਉੱਚੀਆਂ ਚੋਰੀਆਂ ਕਰਦੇ ਸੀ, ਪਰ ਇਹ ਪੰਜਾਬ ਪੁਲਿਸ ਦੀ ਉੱਚੀ ਪਹੁੰਚ ਨਹੀਂ ਸੀ ਜਾਣਦੇ। ਬਸ ਫਿਰ ਕੀ ਸੀ, ਚੜ ਕੇ ਪੰਜਾਬ ਪੁਲਿਸ ਦੇ ਅੜਿੱਕੇ ਤੇ ਪੰਜਾਬ ਪੁਲਿਸ ਨੇ ਦੇਖੋ ਕਿਵੇਂ ਬਿਠਾ ਰੱਖੇ ਨੇ ਗੋਡਿਆਂ ਦੇ ਭਾਰ। ਕੀ ਕੁਝ ਇਹਨਾਂ ਤੋਂ ਬਰਾਮਦ ਹੋਇਆ, ਸੁਣੋ SSP ਪਟਿਆਲਾ ਤੋਂ। ਮਾਨਯੋਗ DGP ਪੰਜਾਬ ਅਤੇ DIG ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੈ, ਪਟਿਆਲਾ ਪੁਲਿਸ ਲਗਾਤਾਰ ਜਿਹੜੇ ਸਮਾਜ ਵਿਰੋਧੀ ਤੇ ਕ੍ਰਿਮੀਨਲ ਅਨਸਰ ਨੇ ਉਹਨਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਰਹੀ ਹੈ। ਬੀਤੇ ਦਿਨੀ ਸੁਚੱਜੇ ਤਰੀਕੇ ਨਾਲ ਇਲੈਕਸ਼ਨ ਮੁਕੰਮਲ ਕਰਾਉਣ ਤੋਂ ਉਪਰੰਤ SP ਸਿਟੀ ਸਰਫਰਾਜ਼ ਆਲਮ, SPD ਯੋਗੇਸ਼ ਕੁਮਾਰ, DSP ਡੀ ਅਵਤਾਰ ਸਿੰਘ ਅਤੇ ਇੰਚਾਰਜ CIA ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਟੀਮਾਂ ਇੱਕ ਮੋਡਿਊਲ ਦੇ ਪਿੱਛੇ ਲੱਗੀਆਂ ਹੋਈਆਂ ਸੀ। ਇਹ ਬੜਾ ਇੱਕ ਟੈਕਨੀਕਲ ਅਤੇ ਹਾਈਫਾਈ ਚੋਰੀ ਦਾ ਮੋਡਿਊਲ ਆ ਜੀ, ਜਿਹੜੇ ਸਾਰੇ ਥਾਵਾਂ 'ਤੇ ਮੋਬਾਈਲ ਟਾਵਰ ਲੱਗੇ ਹੁੰਦੇ ਆ ਅੱਡ ਅੱਡ ਕੰਪਨੀਆਂ ਦੇ, ਏਅਰਟੈੱਲ ਦੇ, ਜੀਓ ਦੇ, ਵੋਡਾਫੋਨ ਦੇ, ਜਿਹਦੇ ਰਾਹੀਂ ਇੰਟਰਨੈੱਟ ਕਨੈਕਟੀਵਿਟੀ ਪੂਰੇ ਪੰਜਾਬ 'ਚ ਇੰਸ਼ੋਰ ਕੀਤੀ ਜਾਂਦੀ ਹੈ। ਉਸ ਮੋਬਾਈਲ ਟਾਵਰ ਦੀ 80 ਤੋਂ 100 ਮੀਟਰ ਦੀ ਹਾਈਟ ਹੁੰਦੀ ਹੈ, ਕਾਫੀ ਉੱਚਾ ਟਾਵਰ ਹੁੰਦਾ ਹੈ। ਉਹਦੇ 'ਤੇ ਕਈ ਪ੍ਰਕਾਰ ਦੇ ਤਕਨੀਕੀ ਉਪਕਰਨ ਜਿਹੜੇ ਆ ਉਹ ਲੱਗੇ ਹੁੰਦੇ ਆ। ਇਸ ਟੀਮ ਨੇ ਮਿਹਨਤ ਕਰਕੇ 8 ਦੋਸ਼ੀ ਅਰੈਸਟ ਕੀਤੇ ਆ, ਜਿਨ੍ਹਾਂ 'ਚੋਂ ਮੇਨ ਮਾਸਟਰ ਮਾਈਂਡ ਨੇ ਸੁਭਾਸ਼ ਕੁਮਾਰ ਅਤੇ ਨਵਾਜ਼ ਖਾਨ। ਇਹ 8 ਦੋਸ਼ੀਆਂ ਨੇ ਮੋਬਾਈਲ ਟਾਵਰ ਜਿਹੜੇ ਟੈਲੀਕਾਮ ਕੰਪਨੀਆਂ ਦੇ ਲੱਗੇ ਹੁੰਦੇ ਆ ਉਹਦੇ 'ਚ 2 ਬੜੇ ਮਹਿੰਗੇ ਅਤੇ ਕੋਸਟਲੀ ਇਕਵਿਪਮੈਂਟ ਹੁੰਦੇ ਆ। ਉਹਨਾਂ 'ਚੋਂ ਇੱਕ ਇਕਵਿਪਮੈਂਟ ਹੁੰਦਾ BTS ਬੇਸ ਟਰਾਂਸੀਵਰ ਸਿਸਟਮ, ਇੱਕ ਇਕਵਿਪਮੈਂਟ ਹੁੰਦਾ ਆ RRU। ਇਹ ਦੋਨੇ ਇਕਵਿਪਮੈਂਟ ਦੀ ਮਾਰਕੀਟ ਕੋਸਟ ਲੱਖਾਂ 'ਚ ਹੈਗੀ ਹੈ, ਕਿਉਂਕਿ ਇਹ ਬੜੇ ਹਾਈਫਾਈ ਅਤੇ ਟੈਕਨੀਕਲ ਜਿਹੜੇ ਉਪਕਰਨ ਹੁੰਦੇ ਆ। ਇਹ ਬੜੀ ਸਫਾਈ ਨਾਲ ਸੇਫਟੀ ਕਿੱਟਾਂ ਨੂੰ ਪਾ ਕੇ ਅਤੇ ਬੜੀ ਮਹਾਰਤ ਇਹਨਾਂ ਨੇ ਟਾਵਰਾਂ 'ਤੇ ਚੜ੍ਹਨ 'ਤੇ ਹਾਸਿਲ ਕੀਤੀ ਹੋਈ ਸੀ। ਅਤੇ ਇੱਕ ਟਾਵਰ ਤੋਂ ਇਹ 2 ਤੋਂ 3 ਇਕਵਿਪਮੈਂਟ ਕੱਢਣ 'ਚ ਸਿਰਫ 5 ਮਿੰਟ ਦਾ ਸਮਾਂ ਲਾਉਂਦੇ ਸੀ। ਅਤੇ ਤੁਸੀਂ ਇਹ ਲਾ ਲਓ ਕਿ ਫਟਾਫਟ ਟਾਵਰ 'ਤੇ ਚੜ੍ਹੇ, ਇਹ ਦੋਨੇ ਇਕਵਿਪਮੈਂਟ ਉੱਥੋਂ ਆਪਣੇ ਔਜ਼ਾਰਾਂ ਨਾਲ ਉੱਥੋਂ ਰਿਮੂਵ ਕੀਤੇ ਅਤੇ ਚੋਰੀ ਕਰਕੇ ਉੱਥੋਂ ਗਾਇਬ ਹੋ ਗਏ। ਇਸ ਗਰੁੱਪ ਨੇ ਪੂਰੇ ਇੰਡੀਆ 'ਚ ਕੋਈ 8 ਤੋਂ 10 ਹਜ਼ਾਰ ਵਾਰਦਾਤਾਂ ਨੂੰ ਚੋਰੀ ਦੀਆਂ ਅੰਜਾਮ ਦਿੱਤਾ ਹੈ। ਅਤੇ ਇਕੱਲੇ ਜੇ ਆਪਾਂ ਪੰਜਾਬ 'ਚ ਵੇਖੀਏ ਤਾਂ 100+ ਵਾਰਦਾਤਾਂ ਇਹਨਾਂ ਨੇ ਮੋਬਾਈਲ ਟਾਵਰਾਂ ਤੋਂ ਇਹ ਦੋਵੇਂ ਇਕਵਿਪਮੈਂਟ ਚੋਰੀ ਕੀਤੇ। ਇਸ ਇਕਵਿਪਮੈਂਟ ਨੂੰ ਚੋਰੀ ਕਰਕੇ ਜਦੋਂ ਟਾਵਰ ਨੂੰ ਨੁਕਸਾਨ ਹੋ ਗਿਆ ਅਤੇ ਇੱਕ ਤਾਂ ਇੰਟਰਨੈੱਟ ਕਨੈਕਟੀਵਿਟੀ ਜਿਹੜਾ ਆਪਾਂ ਵਾਰ ਵਾਰ ਕਹਿੰਦੇ ਹਾਂ ਨਾ, ਕਾਲ ਡਰੋਪ ਹੋ ਗਈ, ਕਾਲ ਨਹੀਂ ਲੱਗ ਰਹੀ, ਇੱਕ ਤਾਂ ਇੰਟਰਨੈੱਟ ਕਨੈਕਟੀਵਿਟੀ ਦਾ ਨੁਕਸਾਨ ਹੁੰਦਾ, ਦੂਜਾ ਟੈਲੀਕਾਮ ਕੰਪਨੀ ਦਾ ਵਿੱਤੀ ਨੁਕਸਾਨ ਹੁੰਦਾ ਆ, ਤੀਜਾ ਇੰਟਰਨੈੱਟ ਇੱਕ ਅਸੈਂਸ਼ੀਅਲ ਸਰਵਿਸ ਹੈਗੀ ਆ ਉਹਦਾ ਵੀ ਨੁਕਸਾਨ ਹੁੰਦਾ। ਉਸ ਤੋਂ ਇਲਾਵਾ ਜੇ ਪੰਜਾਬ ਦਾ ਜਿਹੜਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ, ਉੱਥੇ ਜੇਕਰ ਇਹ ਇਕਵਿਪਮੈਂਟ ਚੋਰੀ ਕਰ ਲੈਣ ਤਾਂ ਉਹ ਦੂਜੇ ਮੁਲਕ ਦੀ ਏਜੰਸੀਆਂ ਜਿਹੜੀਆਂ ਨੇ ਉਹ ਇਸ ਟਾਵਰ ਨੂੰ ਹੈਕ ਕਰਕੇ ਇੰਡੀਆ ਦੇ ਇੰਟਰਨੈੱਟ ਕਨੈਕਸ਼ਨ ਦੇ ਰਾਹੀਂ ਕੋਈ ਵੀ ਹੈਕਿੰਗ ਦੀ ਸਕੀਮ ਨੂੰ ਅੰਜਾਮ ਦੇ ਸਕਦੇ। ਇਹਨਾਂ ਤੋਂ ਸਾਨੂੰ ਵੱਡੀ ਮਾਤਰਾ 'ਚ ਇਹਨਾਂ ਨੇ ਜਿਵੇਂ ਦੱਸਿਆ ਕਿ 56 ਅਤੇ RRU ਯੂਨਿਟ ਨੇ, 2 BTS ਯੂਨਿਟ ਨੇ, 51 BTS ਕਾਰਡ ਨੇ,
ਤੇ ਜੇ ਸਾਰੇ ਇਕਵਿਪਮੈਂਟ ਦੀ ਆਪਾਂ ਕੁੱਲ ਕੀਮਤ ਵੇਖੀਏ ਤੇ 1.5 ਤੋਂ 2 ਕਰੋੜ ਰੁਪਈਏ ਦੀ ਰਿਕਵਰੀ ਹੈਗੀ ਹੈ। ਇਹਦੇ ਨਾਲ ਸਾਡੀ 60+60 ਤੋਂ ਜ਼ਿਆਦਾ ਵਾਰਦਾਤਾਂ ਟਰੇਸ ਹੋਈਆਂ ਨੇ। ਹੁਣ ਤੱਕ 8 ਮੈਂਬਰ ਅਸੀਂ ਅਰੈਸਟ ਕੀਤੇ ਆ। ਇਹਨਾਂ ਮੈਂਬਰਾਂ 'ਚੋਂ ਪਟਿਆਲੇ ਦੇ, ਰਾਜਪੁਰੇ ਦੇ, ਦਿੱਲੀ ਦੇ, ਬਿਹਾਰ ਦੇ ਇਹ 8 ਆਰੋਪੀ ਨੇ। ਮੇਨ ਆਰੋਪੀ ਜਿਹੜਾ ਸੁਭਾਸ਼ ਕੁਮਾਰ ਆ, ਉਹਨੇ 16 ਸਾਲ ਮੋਬਾਈਲ ਰਿਪੇਅਰ ਕੰਪਨੀ 'ਚ ਕੰਮ ਕੀਤਾ, ਮਤਲਬ ਉਹਨੂੰ ਤਜੁਰਬਾ ਹੈਗਾ ਆ ਕਿ ਕਿਵੇਂ ਟੈਕਨੀਕਲ ਚੋਰੀਆਂ ਨੂੰ ਅੰਜਾਮ ਦੇਣਾ। ਅਤੇ ਮੈਂ ਮੰਨਦਾ ਹਾਂ ਕਿ ਪਟਿਆਲਾ ਪੁਲਿਸ ਨੇ ਬੜੀ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ, ਵੱਡੀ ਮਾਤਰਾ 'ਚ ਰਿਕਵਰੀ ਕਰਦੇ ਹੋਏ ਇਸ ਪੂਰੇ ਮੋਡਿਊਲ ਨੂੰ ਬਸਟ ਕੀਤਾ। ਅਸੀਂ ਅੱਗੇ ਵੀ ਇਹਦੇ 'ਚ ਫਾਰਵਰਡ ਅਤੇ ਬੈਕਵਰਡ ਲਿੰਕੇਜ ਇਨਸ਼ੋਰ ਕਰਾਂਗੇ, ਕਿਉਂਕਿ ਸਾਨੂੰ ਇਨਫੋਰਮੇਸ਼ਨ ਜਿਹੜੀ ਆਈ ਹੈ ਕਿ ਜਦੋਂ ਇਹ ਯੂਨਿਟ ਚੋਰੀ ਕਰ ਲੈਂਦੇ ਅਤੇ ਉਸ ਯੂਨਿਟ ਨੂੰ ਰੀਫਰਬਿਸ਼ ਕਰਕੇ ਇਹ ਗਲਫ ਕੰਟਰੀਆਂ 'ਚ, ਜਿਹੜੀ ਗਲਫ ਕੰਟਰੀਆਂ ਹੈਗੀਆਂ, ਦੁਬਈ, ਓਮਾਨ, UAE ਜਾਂ ਜਿਹੜੀ ਸਾਊਥ ਈਸਟ ਏਸ਼ੀਆ ਦੀ ਕੰਟਰੀਆਂ ਹੈਗੀਆਂ ਜਿਵੇਂ ਫਿਲੀਪੀਨਸ ਵਗੈਰਾ, ਉੱਥੇ ਵੀ ਇਹ ਵੱਡੀ ਮਾਤਰਾ 'ਚ ਚੋਰੀ ਕਰਕੇ ਇਸ ਇਕੁਇਪਮੈਂਟ ਨੂੰ ਉੱਥੇ ਭੇਜਦੇ ਸੀ। ਉੱਥੇ ਇਹਨੂੰ ਦੁਬਾਰੇ ਨਵੇਂ ਸਿਰੇ ਤੋਂ ਇਕੁਇਪਮੈਂਟ ਨੂੰ ਰੈਨੋਵੇਟ ਕਰਕੇ ਦੁਬਾਰੇ ਟੈਲੀਕੋਮ ਕੰਪਨੀਆਂ ਨੂੰ ਵੇਚਿਆ ਜਾਂਦਾ ਸੀ। ਅਤੇ ਇਸ ਬਾਰੇ ਅੱਜ ਦੀ ਪ੍ਰੈਸ ਕਾਨਫਰੰਸ ਹੈ। ਸਰ, ਜਿਵੇਂ ਇਸ ਇਕੁਇਪਮੈਂਟ ਦੀ ਗੱਲ ਕਰ ਲਈਏ, ਜਿਵੇਂ ਤਜਰਬੇ ਦੀ ਗੱਲ ਕਰੀਏ, ਕਾਫੀ ਟੈਕਨੀਕਲ ਕੰਮ ਹੈ ਕਿ ਪਹਿਲਾਂ ਇਸ ਚੀਜ਼ ਦਾ ਕੰਮ ਕਰਦੇ ਰਹੇ ਹੋ? ਦੇਖੋ ਜੀ, ਇਹਦੇ 'ਚ 2-3 ਜਿਹੜੇ ਦੋਸ਼ੀ ਹੈਗੇ ਉਹ ਤਾਂ ਬਿਲਕੁਲ ਟੈਕਨੀਕਲੀ ਸਾਹਮਣੇ, ਉਹਨਾਂ ਨੂੰ ਇਕੱਲਾ ਪਤਾ ਹੈ ਕਿਵੇਂ ਸੇਫਟੀ ਕਿੱਟ ਪਾਉਣੀ ਹੈ, ਕਿਵੇਂ ਟਾਵਰ 'ਤੇ ਚੜ੍ਹਨਾ ਹੈ, ਕਿਹੜੇ ਔਜ਼ਾਰ ਰਾਹੀਂ ਕਿਹੜੀ ਚੀਜ਼ ਨੂੰ ਖੋਲ੍ਹ ਕੇ 5 ਮਿੰਟ 'ਚ ਇੱਕ ਟਾਵਰ ਨੂੰ ਇਹ ਅੰਜਾਮ ਦੇ ਦਿੰਦੇ ਸੀ। ਅਤੇ ਜਿਵੇਂ ਮੈਂ ਕਹਿ ਰਿਹਾ ਕਿ ਹਜ਼ਾਰਾਂ ਦੀ ਗਿਣਤੀ 'ਚ ਪੂਰੇ ਇੰਡੀਆ 'ਚ ਚੋਰੀ ਕੀਤੀਆਂ ਨੇ ਇਹਨਾਂ ਨੇ। ਅਤੇ ਜਿਹੜੀ ਏਅਰਟੈੱਲ ਕੰਪਨੀ ਆ, ਉਹਨੇ ਪਟਿਆਲਾ ਪੁਲਿਸ ਨੂੰ ਬੜਾ ਐਪਰੀਸ਼ੀਏਟ ਵੀ ਕੀਤਾ ਆ ਕਿ ਜਿਹੜਾ ਇਹਨੇ ਲਗਾਤਾਰ ਕਾਮਰਾਂ ਦਾ ਨੁਕਸਾਨ ਹੋ ਰਿਹਾ ਸੀ ਉਹਨੂੰ ਵੀ ਇਸ ਕਰਕੇ ਰੋਕਿਆ ਗਿਆ। ਦੇਖੋ, ਇਹਨਾਂ ਨੇ ਪਟਿਆਲਾ, ਬਠਿੰਡਾ, ਫਰੀਦਕੋਟ, ਮਾਨਸਾ, ਖੰਨਾ ਸਾਰੇ ਪੰਜਾਬ 'ਚ ਤਕਰੀਬਨ 60-60 ਵਾਰਦਾਤਾਂ 'ਤੇ ਮੰਨ ਗਏ। ਹੁਣ ਇਹਨਾਂ ਦਾ ਹੋਰ ਅੱਗੇ ਇਹਨਾਂ ਨੂੰ ਪੇਸ਼ ਕਰਕੇ, ਰਿਮਾਂਡ ਲੈ ਕੇ, 27 ਨਾਲ ਪੁੱਛਗਿੱਛ ਕਰਕੇ ਇਸ ਗੈਂਗ ਦੇ ਬਾਕੀ ਦੋਸ਼ੀ ਵੀ ਅਰੈਸਟ ਕੀਤੇ ਜਾਣਗੇ ਅਤੇ ਹੋਰ ਵੀ ਰਿਕਵਰੀ ਨੂੰ ਜਿਹੜਾ ਅੰਜਾਮ ਦਿੱਤਾ। ਦੇਖੋ ਜੀ, ਉਹ ਵੀ ਤਫਤੀਸ਼ ਦਾ ਵਿਸ਼ਾ ਆ ਕਿ ਕਿਸੇ ਪੋਰਟ ਰਾਹੀਂ, ਜਿਵੇਂ ਕੋਈ ਪੋਰਟਸ ਹੁੰਦੇ ਆ ਉੱਥੇ ਕੰਟੇਨਰ ਜਿਹੜੇ ਜਹਾਜ਼ ਹੁੰਦੇ ਆ ਉਹਦੇ ਰਾਹੀਂ ਭੇਜਦੇ ਸੀ, ਜਾਂ ਉਹਨੂੰ ਛੋਟੇ ਹਿੱਸਿਆਂ 'ਚ ਵੰਡ ਕੇ ਕਿਸੇ ਕੋਰੀਅਰ ਕੰਪਨੀ ਰਾਹੀਂ ਭੇਜਦੇ ਸੀ, ਸਾਰਾ ਤਫਤੀਸ਼ ਦਾ ਵਿਸ਼ਾ ਹੈ। ਪਰ ਉਹ ਅਸੀਂ ਬੜੀ ਡੂੰਘਾਈ ਨਾਲ ਮਾਸਟਰ ਮਾਈਂਡ ਸੁਭਾਸ਼ ਕੁਮਾਰ। ਦੇਖੋ, ਹੁਣ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ 56 RRU ਅਤੇ 53 BTS ਜਿਹੜੇ ਰਿਕਵਰ ਹੋਏ ਆ, ਜਿਹੜੀ ਗੱਡੀ ਮਰੂਤੀ ਸੁਜ਼ੂਕੀ ਅਤੇ ਸਵਿਫਟ ਡਿਜ਼ਾਇਰ ਜਿਹਦੇ ਰਾਹੀਂ ਚੋਰੀ ਕਰਦੇ ਸੀ ਉਹ ਵੀ ਰਿਕਵਰ ਹੋਈਆਂ ਨੇ। ਅਤੇ ਇਹਨਾਂ ਨੇ ਹੋਰ ਵੀ ਅਜੇ, ਕਿਉਂਕਿ ਜਿਵੇਂ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕਰਾਂਗੇ, ਅਤੇ ਹੁਣ ਤੱਕ ਤਾਂ ਏਅਰਟੈੱਲ ਕੰਪਨੀ ਦੀ 60+ ਵਾਰਦਾਤਾਂ ਟਰੇਸ ਹੋਈਆਂ। ਮੈਨੂੰ ਪੂਰੀ ਉਮੀਦ ਆ ਕਿ ਇਹ 150 ਤੋਂ 200 ਵਾਰਦਾਤਾਂ ਸਾਰੇ ਪੰਜਾਬ 'ਚ ਇਹਦੀਆਂ ਟਰੇਸ ਹੋਣਗੀਆਂ। ਇੰਟਰਨੈਸ਼ਨਲ ਹੋ ਗਿਆ, ਬਿਲਕੁਲ ਇੰਟਰਨੈਸ਼ਨਲ। ਦੇਖੋ ਜੀ, ਕਿਸੇ ਨੂੰ ਕਿਸੇ ਪ੍ਰਕਾਰ ਦਾ ਵੀ ਨੌਲੇਜ ਹੋਵੇ ਟੈਕਨੀਕਲ, ਜਾਂ ਤਾਂ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਯੂਜ਼ ਕਰਦਾ ਜਾਂ ਨੈਗੇਟਿਵ ਤਰੀਕੇ ਨਾਲ, ਜਦੋਂ ਇਹਨਾਂ ਨੂੰ ਸਮਝ ਆਇਆ ਕਿ ਵੀ ਇੰਨਾ ਟੈਕਨੀਕਲੀ ਟ੍ਰੇਨ ਹੋਣ ਤੋਂ ਬਾਵਜੂਦ ਇਕੱਲੀ ਤਨਖਾਹ 'ਤੇ ਕੰਮ ਕਰਨਾ ਪੈ ਰਿਹਾ, ਅਤੇ ਜਿਹੜਾ ਫੌਰੀ ਗਲਤ ਤਰੀਕੇ ਨਾਲ ਪੈਸਾ ਬਣਾ ਕੇ ਇੱਕ ਜਿਹੜੀ ਉੱਚੀ ਲਾਈਫ ਸਟਾਈਲ ਆ, ਜਿਹੜੀ ਮਹਿੰਗੀ ਲਗਜ਼ੂਰੀਅਸ ਲਾਈਫ ਸਟਾਈਲ, ਗੱਡੀਆਂ ਲੈਣੀਆਂ, ਘੁੰਮਣਾ ਫਿਰਨਾ, ਉਹਨੂੰ ਮੁਕੰਮਲ ਕਰਨ ਲਈ ਇਹ ਚੋਰੀ ਦੀ ਲਾਈਨ 'ਚ ਆ ਗਏ।